मेरे नाल जिन्ना कुछ होया उस तो बाद भी मैं इंडस्ट्री दे विच धड़ल्ले दे नाल मैं तां गाने कर रही हां। एहो जे सप हुंदे आ ओह तुहानूं डंगदे ही रहिंदे आ, ओह नहीं चाहुंदे। कई सीनियर भी असीं ला सकदे हां, सीनियर एहो जे हुंदे आ कि यू नो कई फसी जे हुंदे ने बहुत ज़्यादा कि साढ़े तों अगे ना कोई निकले, कोई नवा आया न्यू कमर साढ़े तों अगे। तुहाडे आप च जुरत हैगी आ ना, तुहाडे आप दे विच ਉਹ ਪਾਵਰ ਹੈਗੀ ਆ, ਤੁਹਾਡੇ 'ਚ ਪੈਸ਼ਨ ਹੈਗਾ, ਕੀ ਰੋਕ ਸਕਦਾ। ਐਂਡ ਬਿਗ ਐਗਜ਼ਾਮਪਲ ਇਹ ਸਿੱਧੂ ਮੂਸੇਵਾਲਾ, ਅੱਜ ਸਾਰੀ ਦੁਨੀਆ ਉਹਦੇ ਪਿੱਛੇ ਲੱਗੀ, ਘੱਟੋ ਘੱਟ ਬੋਲਦਾ ਤਾਂ ਹੈ। ਸਾਡੀ ਇੰਡਸਟਰੀ 'ਚ ਤਾਂ ਇਹ ਬੰਦੇ ਸਿੰਗਰ ਜਿਹੜੇ ਮੁੰਡੇ ਸਿੰਗਰ ਹੈਗੇ ਉਹਨਾਂ 'ਚ ਇੰਨੇ ਗਟਸ ਨਹੀਂ ਹੈਗੇ ਕਿ ਉਹ ਬੋਲ ਸਕਣ। ਉਹਦਾ ਕੁੜੀਆਂ ਦੇ ਵਾਂਗੂ ਐਂ ਕੁੱਤਾ ਨਹੀਂ ਜਿਵੇਂ ਪੂਛ ਨੂੰ ਦਬਾ ਕੇ ਭੱਜ ਜਾਂਦਾ। ਇੱਥੇ ਗਰੁੱਪ ਹੈਗਾ ਜਿਹੜਾ ਬਕਵਾਸ ਕਰਦਾ ਆ ਕੇ, ਉਹ ਸਾਰੀ ਦੁਨੀਆ ਨੂੰ ਸਾਰੀ ਇੰਡਸਟਰੀ ਨੂੰ ਪਤਾ, ਦੁਨੀਆ ਨੂੰ ਵੀ ਪਤਾ, ਆਮ ਦੁਨੀਆ ਨੂੰ ਵੀ ਉਹ ਕਿਹੜਾ ਗਰੁੱਪ ਇੱਥੇ ਬਕਵਾਸ ਕਰਦਾ। ਉਹ ਹਰ ਇੱਕ ਤੋਂ ਮੱਚਦੇ ਰਹਿੰਦੇ ਆ, ਮਿਰਚਾਂ ਲੱਗਦੀਆਂ ਉਹਨਾਂ ਨੂੰ, ਉਹ ਮੱਚਦੇ 9-11 ਤੋਂ ਵੀ ਮੱਚਦੇ ਆ। ਐਵੇਂ ਮੱਚੀ ਜਾਣਗੇ, ਐਵੇਂ ਮੱਚੀ ਜਾਣਗੇ, ਕੀ ਫਾਇਦਾ। ਆਪ ਕੁਛ ਕਰ ਨਹੀਂ ਸਕਦੇ ਤੁਸੀਂ, ਦੂਜਿਆਂ ਨੂੰ ਦੂਜਿਆਂ ਦੀ ਕਮੀਆਂ ਤੁਸੀਂ ਲੱਭਦੇ ਰਹਿੰਦੇ ਹੋ। ਰੋਕ ਲਓ ਫਿਰ ਆਪਦੇ ਪਿਓ ਨੂੰ, ਰੋਕ ਲਓ ਜਾ ਕੇ। ਸਤਿ ਸ਼੍ਰੀ ਅਕਾਲ ਦੋਸਤੋ, ਉਮੀਦ ਹੈ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ। ਇਸ ਤੋਂ ਪਹਿਲਾਂ ਕਿ ਤੁਹਾਨੂੰ ਰੁਪਿੰਦਰ ਹਾਂਡਾ ਦੇ ਲਾਈਵ ਵੱਲ ਅੱਗੇ ਲੈ ਕੇ ਚੱਲੀਏ, ਤੁਹਾਡੇ 'ਚੋਂ ਬਹੁਤ ਸਾਰੇ ਦੋਸਤ ਸ਼ਾਇਦ ਜਾਣਦੇ ਹੋਣਗੇ ਕਿ ਕੁਝ ਸਾਲ ਪਹਿਲਾਂ ਰੁਪਿੰਦਰ ਹਾਂਡਾ ਦਾ ਇੰਡਸਟਰੀ ਦੇ ਵਿੱਚ ਇੱਕ ਵੱਡਾ ਵਿਵਾਦ ਹੋਇਆ ਸੀ ਇੰਡਸਟਰੀ ਦੇ ਇੱਕ ਵੱਡੇ ਸਿੰਗਰ ਦੇ ਨਾਲ, ਅਤੇ ਉਸ ਸਮੇਂ ਇੱਕ ਤਰੀਕੇ ਦੇ ਨਾਲ ਰੁਪਿੰਦਰ ਹਾਂਡਾ ਦਾ ਕਰੀਅਰ ਹੀ ਖਤਮ ਕਰ ਦਿੱਤਾ ਗਿਆ ਸੀ ਉਸ ਵੱਡੇ ਕਲਾਕਾਰ ਵੱਲੋਂ। ਪਰ ਅੱਜ ਰੁਪਿੰਦਰ ਹਾਂਡਾ ਨੇ ਜਦੋਂ ਸਿੱਧੂ ਮੂਸੇਵਾਲੇ ਦਾ ਸਾਰਾ ਮਸਲਾ ਦੇਖਿਆ ਤਾਂ ਉਹ ਖੁੱਲ੍ਹ ਕੇ ਇੱਕ ਵਾਰ ਦੁਬਾਰੇ ਤੋਂ ਸਾਹਮਣੇ ਆਏ ਨੇ ਅਤੇ ਉਹਨਾਂ ਨੇ ਵੱਡੇ ਵੱਡੇ ਖੁਲਾਸੇ ਕਰ ਦਿੱਤੇ ਨੇ। ਰੁਪਿੰਦਰ ਹਾਂਡਾ ਨੇ ਕੀ ਕਿਹਾ ਦੇਖਣ ਦੇ ਲਈ ਉਹ ਤੁਹਾਨੂੰ ਲੈ ਚੱਲਦੇ ਉਹਨਾਂ ਦੇ ਲਾਈਵ ਵੱਲ। ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਕੇ ਸ਼ੇਅਰ ਕਰ ਦੇਣਾ, ਅਤੇ ਹੋਰ ਨਵੇਂ ਅਪਡੇਟਸ ਦੇ ਲਈ ਤੁਹਾਡੇ ਹੀ ਆਪਣੇ ਚੈਨਲ ਅਨਲਿਮਿਟਡ ਗਿਆਨ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਜ਼ਰੂਰ ਔਨ ਕਰ ਲੈਣਾ। ਜੋ ਪਰਮਾਤਮਾ ਨੇ ਇੱਥੇ ਲਿਖਿਆ ਨਾ ਤਾਂ ਉਹਨੂੰ ਕੋਈ ਮਿਟਾ ਨਹੀਂ ਸਕਦਾ। ਤੁਸੀਂ ਜਿੰਨਾ ਮਰਜ਼ੀ ਨੈਗੇਟਿਵਿਟੀ ਫੈਲਾ ਲਓ, ਕਿੰਨਾ ਮਰਜ਼ੀ ਤੁਸੀਂ ਆਪਣਾ ਜ਼ੋਰ ਲਾ ਲਓ, ਪਰ ਹੋਣਾ ਉਹੀ ਹੈ ਜੋ ਪਰਮਾਤਮਾ ਨੇ ਉਸਦੀ ਝੋਲੀ 'ਚ ਪਾ ਕੇ ਭੇਜਿਆ। ਉਹਨੂੰ ਓਨਾ ਹੀ ਮਿਲਣਾ, ਨਾ ਉਹ ਤੋਂ ਵੱਧ ਮਿਲਣਾ, ਨਾ ਘੱਟ ਮਿਲਣਾ, ਉਹਨੂੰ ਓਨਾ ਹੀ ਮਿਲਣਾ। ਅਤੇ ਅਫੇਮ ਹੋਮ ਵਾਲੀਆਂ ਗੱਲਾਂ ਤਾਂ ਮੈਨੂੰ ਕੋਈ ਮੈਟਰ ਹੀ ਨਹੀਂ ਕਰਦੀਆਂ। ਸੈਟਿਸਫੈਕਸ਼ਨ ਲੈਵਲ ਉਹ ਨਾ ਬਹੁਤ ਹੈਗਾ। ਮੈਂ ਤਾਂ ਇੱਕੋ ਗੱਲ ਕਹਿੰਦੀ ਹਾਂ, ਅੱਜ ਦੇ ਟਾਈਮ 'ਚ ਤੁਹਾਡੇ ਆਪ 'ਚ ਜੁਰਤ ਹੈਗੀ ਆ ਨਾ, ਤੁਹਾਡੇ ਆਪ ਦੇ ਵਿੱਚ ਉਹ ਪਾਵਰ ਹੈਗੀ ਆ, ਤੁਹਾਡੇ 'ਚ ਪੈਸ਼ਨ ਹੈਗਾ, ਨਹੀਂ ਰੋਕ ਸਕਦਾ। ਐਂਡ ਬਿਗ ਐਗਜ਼ਾਮਪਲ ਇਹ ਸਿੱਧੂ ਮੂਸੇਵਾਲਾ, ਅੱਜ ਸਾਰੀ ਦੁਨੀਆ ਉਹਦੇ ਪਿੱਛੇ ਲੱਗੀ ਹੋਈ ਆ। ਮੈਂ ਨਹੀਂ ਸੁਣਦੀ ਸੀਗੀ ਗਾਣੇ ਸਿੱਧੂ ਦੇ, ਪਹਿਲਾ ਗਾਣਾ ਮੈਂ 2017 'ਚ, ਉਦੋਂ ਪਹਿਲੀ ਵਾਰ ਮੈਂ ਅਮੈਰੀਕਾ ਸੀਗੀ ਔਰ ਮੈਂ ਉੱਥੇ ਗਾਣਾ ਸੁਣਿਆ, ਮੈਨੂੰ ਗਾਣਾ ਬਹੁਤ ਪਸੰਦ ਆਇਆ। ਅਤੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਮੈਂ ਸੁਣਿਆ, ਉਸ ਤੋਂ ਬਾਅਦ ਮੈਂ ਇੰਨਾ ਫੋਲੋ ਨਹੀਂ ਕੀਤਾ ਕਦੇ। ਬਟ ਆਹ ਪਿਛਲੇ 6-7 ਮਹੀਨਿਆਂ ਤੋਂ ਜਾਂ ਸਾਲ ਤੋਂ ਕਹਿ ਲਓ, ਮੈਨੂੰ ਸਿੰਗਰ ਤੋਂ ਬਾਅਦ ਦੀ ਗੱਲ ਹੈ, ਇੱਕ ਇਨਸਾਨ ਦੇ ਤੌਰ 'ਤੇ ਮੈਂ ਉਸ ਬੰਦੇ ਨੂੰ ਮੈਨੂੰ ਚੰਗਾ ਲੱਗਿਆ। ਉਹ ਘੱਟੋ ਘੱਟ ਬੋਲਦਾ ਤਾਂ ਹੈ, ਸਾਡੀ ਇੰਡਸਟਰੀ 'ਚ ਤਾਂ ਇਹ ਬੰਦੇ ਸਿੰਗਰ ਜਿਹੜੇ ਮੁੰਡੇ ਸਿੰਗਰ ਹੈਗੇ ਉਹਨਾਂ 'ਚ ਇੰਨੇ ਗਟਸ ਨਹੀਂ ਹੈਗੇ ਕਿ ਉਹ ਬੋਲ ਸਕਣ। ਉਹਦਾ ਕੁੜੀਆਂ ਦੇ ਵਾਂਗੂ ਐਂ ਉਹ ਕੁੱਤਾ ਨਹੀਂ ਜਿਵੇਂ ਪੂਛ ਨੂੰ ਦਬਾ ਕੇ ਭੱਜ ਜਾਂਦਾ, ਐਂ ਬਹਿ ਜਾਂਦਾ। ਉਹ ਸਾਡੇ ਕਰੀਅਰ 'ਤੇ ਫਰਕ ਪਊਗਾ, ਸਾਨੂੰ ਸ਼ੋਅ ਮਿਲਣੇ ਬੰਦ ਹੋ ਜਾਣਗੇ। ਉਹ ਘੱਟੋ ਘੱਟ ਜੁਰਤ ਵਾਲਾ ਬੰਦਾ ਤਾਂ ਹੈਗਾ, ਬੋਲਦਾ ਤਾਂ ਹੈ। ਔਰ ਮੈਨੂੰ ਆਹੀ ਚੀਜ਼ ਉਹਦੇ 'ਚ ਚੰਗੀ ਲੱਗੀ ਕਿ ਬੰਦਾ ਬੰਦਿਆਂ ਦੀ ਤਰ੍ਹਾਂ ਹੋਣਾ ਚਾਹੀਦਾ। ਸੋ ਆਹ ਚੀਜ਼ ਮੈਨੂੰ ਚੰਗੀ ਲੱਗੀ ਸਿੱਧੂ ਦੀ, ਇਸ ਕਰਕੇ ਮੈਂ ਉਹਨੂੰ ਐਪਰੀਸ਼ੀਏਟ ਵੀ ਕਰਦੀ ਹਾਂ। ਐਂਡ ਸਾਰੀ ਦੁਨੀਆ ਪਿੱਛੇ ਲਾਈ ਹੋਈ ਆ। ਹੀ ਇਜ਼ ਅ ਬਿਗ ਐਗਜ਼ਾਮਪਲ, ਉਹਦਾ ਨਾਮ ਇਸ ਕਰਕੇ ਲਿਆ ਕਿ ਉਹ ਬਹੁਤ ਵੱਡਾ ਐਗਜ਼ਾਮਪਲ ਹੈ। ਚੈਨਲਾਂ ਦੀ ਲੋੜ ਨਹੀਂ ਪੈਂਦੀ, ਚੈਨਲ ਆਪ ਭੱਜੇ ਭੱਜੇ ਆਉਂਦੇ ਆ। ਗੱਲ ਤਾਂ ਸਿਰਫ ਆਪਣੇ ਆਪ 'ਤੇ ਵਿਸ਼ਵਾਸ ਦੀ ਹੁੰਦੀ ਆ, ਆਪਣੇ ਆਪ 'ਤੇ ਵਿਸ਼ਵਾਸ ਹੋਏ। ਨਾ ਤੁਹਾਨੂੰ ਕਿਸੇ ਚੈਨਲ ਦੀ ਲੋੜ ਹੈ, ਨਾ ਕਿਸੇ ਕੰਪਨੀ ਦੀ ਲੋੜ ਹੈ, ਕਿਸੇ ਦੀ ਲੋੜ ਨਹੀਂ, ਸਿਰਫ ਇੱਕ ਆਮ ਜਨਤਾ ਦੀ ਲੋੜ ਹੈ ਅਤੇ ਆਪਣੇ ਆਪ 'ਤੇ ਵਿਸ਼ਵਾਸ ਦੀ ਲੋੜ ਹੈ। ਦੈਟਸ ਇਟ, ਇਜ਼ ਅ ਬਿਗ ਐਗਜ਼ਾਮਪਲ। ਕਮੈਂਟਸ ਆ ਰਹੇ ਆ, ਆਹ ਕਮੈਂਟਾਂ ਲਈ ਧੁੱਕੀ ਕੱਢ ਕੇ ਰੱਖਿਆ ਕਰੋ ਤੁਸੀਂ। ਆਪਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਕਿਸੇ ਦੀ, ਕੋਈ ਮੇਰੇ ਬਾਰੇ ਕੀ ਸੋਚਦਾ, ਮੈਨੂੰ ਕੋਈ ਸੁਣਦਾ ਨਹੀਂ ਸੁਣਦਾ,
ਸਾਨੂੰ ਤਾਂ ਇੱਕ ਦੁਨੀਆ ਦੀ ਇੱਕੋ ਚੀਜ਼, ਮੈਂ ਇੱਕੋ ਚੀਜ਼, ਮੇਰੇ ਕੋਈ ਨਾ ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਦਾ ਵੀ ਕੋਈ ਇੰਟਰਵਿਊ ਚੱਕ ਕੇ ਦੇਖ ਲਓ, ਮੈਂ ਇੱਕੋ ਗੱਲ ਕਹਿੰਦੀ ਸੀ, ਲੋਕ ਮੈਨੂੰ ਯਾਦ ਕਰਨ ਤਾਂ ਇੱਜ਼ਤ ਦੇ ਨਾਲ ਕਰਨ, ਫੋਕੇ ਫੇਮ ਵਾਸਤੇ ਨਹੀਂ ਮੈਂ ਫਿਰਦੀ ਇੱਥੇ। ਸੋ ਲੈਜੈਂਡ ਸਾਡੇ ਬਹੁਤ ਸਾਰੇ ਹੋਏ ਆ, ਬਹੁਤ ਸਾਰੇ ਜਿਨ੍ਹਾਂ ਨੂੰ ਮੈਂ ਵਾਕਈ ਹੀ ਮੰਨਦੀ ਹਾਂ। ਅਗਰ ਕੋਈ ਲਿਵਿੰਗ ਲੈਜੈਂਡ ਹੋਇਆ ਤਾਂ ਉਹ ਅੱਜ ਕੋਈ ਜ਼ਿੰਦਾ ਵੀ ਹੈਗਾ ਜਿਨ੍ਹਾਂ ਨੇ ਵਾਕਈ ਹੀ ਇੰਡਸਟਰੀ ਨੂੰ ਬਹੁਤ ਬਹੁਤ ਇਹਨਾਂ, ਮੇਰੇ ਸਾਹਮਣੇ ਇੱਕ ਨਾਮ ਨਹੀਂ ਹੈਗਾ, ਮੇਰੇ ਸਾਹਮਣੇ 2-3 ਨਾਮ ਹੈਗੇ ਆ ਜਿਨ੍ਹਾਂ ਦੇ ਵਿੱਚ ਹਰਭਜਨ ਮਾਨ ਆਉਂਦੇ ਆ, ਗੁਰਦਾਸ ਮਾਨ ਆਉਂਦੇ ਆ, ਸਰਦੂਲ ਸਿਕੰਦਰ ਜੀ ਆਉਂਦੇ ਆ, ਫਿਰੋਜ਼ ਖਾਨ ਜੀ ਵੀ ਆਉਂਦੇ ਆ, ਮਤਲਬ ਜਿਨ੍ਹਾਂ ਦੀ ਮੈਂ ਬਹੁਤ ਦਿਲੋਂ ਰਿਸਪੈਕਟ ਕਰਦੀ ਹਾਂ। ਔਰ ਉਹਨਾਂ ਨੇ ਹਮੇਸ਼ਾ ਇੱਕ ਲੈਜੈਂਡ ਦੀ ਤਰ੍ਹਾਂ ਬਿਹੇਵ ਵੀ ਕੀਤਾ ਆਪਣੇ ਕਲੀਗਸ ਦੇ ਨਾਲ, ਆਪਣੇ ਜੂਨੀਅਰਸ ਦੇ ਨਾਲ, ਉਹਨਾਂ ਨੇ ਹਮੇਸ਼ਾ ਖੁੱਲ੍ਹੇ ਦਿਲ ਦੇ ਨਾਲ ਉਹ ਮਿਲੇ ਆ, ਅਤੇ ਹਮੇਸ਼ਾ ਜਿੱਥੇ ਮਿਲੇ ਇੰਨੀ ਇੱਜ਼ਤ ਦੇ ਨਾਲ ਮਿਲੇ ਆ, ਮਤਲਬ ਦੱਸ ਨਹੀਂ ਸਕਦੀ ਮੈਂ ਜਿੰਨੀ ਵਾਰ ਮਿਲਿਆ ਇੰਨੀ ਇੱਜ਼ਤ ਦੇ ਨਾਲ। ਇੰਨੀ ਇੱਜ਼ਤ ਦਿੰਦੇ ਲੈਜੈਂਡ ਉਹ ਹੁੰਦਾ ਜਿਹੜਾ ਆਪਣੇ ਕਲੀਗਸ ਦੀ ਵੀ ਰਿਸਪੈਕਟ ਕਰੇ, ਇਕੱਲਾ ਇਹ ਨਹੀਂ ਵੀ ਤੁਸੀਂ ਛਲਾਰੂ ਵਾਂਗੂ, ਮਤਲਬ ਤੁਸੀਂ ਆਮ ਜਨਤਾ ਨੂੰ ਵੀ ਭੜਕਾਓ, ਠੀਕ ਹੈ ਜੀ, ਉਸ ਤੋਂ ਬਾਅਦ ਤੁਸੀਂ ਆਪਣੇ ਫੈਨ ਫੋਲੋਇੰਗ ਨੂੰ ਵੀ ਭੜਕਾਓ, ਅਤੇ ਉਦੋਂ ਬਾਅਦ ਤੁਸੀਂ ਆਪਣੇ ਕਲੀਗਸ ਦੀ ਵੀ ਰਿਸਪੈਕਟ ਨਾ ਕਰੋ, ਤਾਂ ਤੁਸੀਂ ਕਿਹੜੇ ਪਾਸੇ ਲੈਜੈਂਡ ਹੈਗੇ ਹੋ, ਕਿਹੜੇ ਪਾਸੇ ਲੈਜੈਂਡ ਤੁਸੀਂ ਕਹਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਪਹਿਲਾਂ ਇੱਕ ਚੰਗਾ ਇਨਸਾਨ ਬਣਨਾ ਸਿੱਖੋ। ਚੰਗਾ ਇਨਸਾਨ ਉਹ ਹੁੰਦਾ ਜਿਹੜਾ ਇੱਕ ਆਮ ਇਨਸਾਨ ਦੀ ਰਿਸਪੈਕਟ ਕਰਦਾ, ਕਦਰ ਕਰਦਾ। ਜਿਹੜਾ ਬੰਦਾ ਆਪਣੀ ਇੰਡਸਟਰੀ ਦਾ ਨਹੀਂ ਹੋ ਸਕਿਆ, ਜਿਹੜਾ ਬੰਦਾ ਆਪਣੀ ਇੰਡਸਟਰੀ ਦੇ ਕਲੀਗਸ ਦਾ ਨਹੀਂ ਹੋ ਸਕਦਾ, ਉਹ ਆਮ ਲੋਕਾਂ ਦਾ ਕੀ ਹੋਊਗਾ। ਬੇਅੰਤ ਮਾਚੀ ਕਹਿ ਰਹੇ ਆ, ਸਿੱਧੂ ਮੂਸੇ ਵਾਲੇ ਨਾਲ ਗਾਣਾ ਕਰੋ ਜੀ, ਗਾਣਾ ਕਰ ਦਿਓ। ਮੈਨੂੰ ਪਤਾ ਨਹੀਂ ਕਿੰਨੇ ਕੁ ਕਮੈਂਟ ਆਏ ਆ ਕਿ ਉਹਨਾਂ ਨਾਲ ਗਾਣਾ ਕਰੋ, ਉਹਨਾਂ ਨਾਲ ਗਾਣਾ ਕਰੋ। ਦੇਖੋ ਕੀ ਹੁੰਦਾ ਕੀ ਨਹੀਂ ਹੁੰਦਾ, ਬਟ ਮੈਨੂੰ ਲੱਗਦਾ ਫੈਨ ਬੇਸ ਚਾਹੁੰਦਾ ਕਿ ਇਹ ਚੀਜ਼ ਹੋਵੇ। ਸੋ ਵਿਲ ਟਰਾਈ, ਵਿਲ ਥਿੰਕ ਅਬਾਊਟ ਇਟ।